ਗੱਲ ਕੈਨੇਡਾ ਦੀ ਕਰਾਂਗੇ, ਪਰ ਖਾਸ ਤੌਰ ਤੇ ਟੂਰਿਸਟ ਵੀਜ਼ਾ ਔਰ ਸੁਪਰ ਵੀਜ਼ਾ ਦੀ ਗੱਲ ਕਰਾਂਗੇ। ਬਹੁਤ ਸਾਰੇ ਸਵਾਲ ਸਾਡੇ ਕੋਲ ਪੇਰੈਂਟਸ ਦੇ ਵੀ ਆ ਰਹੇ ਸੀ ਔਰ ਟੂਰਿਸਟ ਵੀਜ਼ਾ ਨੂੰ ਲੈ ਕੇ ਵੀ ਸਵਾਲ ਸੀ। ਸੋ ਅੱਜ ਦੇ ਸਮੇਂ ਵਿੱਚ ਕੈਨੇਡਾ ਜਿੱਥੇ ਸਟੱਡੀ ਵੀਜ਼ਾ ਦੇ ਵਿੱਚ ਸਟੂਡੈਂਟ ਵੀਜ਼ਾ ਵਿੱਚ ਵੀ ਬਹੁਤ ਪੋਜ਼ਿਟਿਵ ਰਿਜ਼ਲਟ ਦਿਖਾ ਰਿਹਾ, ਉੱਥੇ ਹੀ ਟੂਰਿਸਟ ਵੀਜ਼ਾ ਔਰ ਸੁਪਰ ਵੀਜ਼ਾ ਦੀ ਗੱਲ ਕਰੀਏ ਤਾਂ ਉੱਥੇ ਇਸ ਕੈਟਾਗਰੀ ਵਿੱਚ ਰਿਜ਼ਲਟ ਕਿਸ ਤਰ੍ਹਾਂ ਦੇ ਨੇ, ਆਪਾਂ ਉਹਦੇ ਬਾਰੇ ਤੁਹਾਨੂੰ ਖੁੱਲ੍ਹ ਕੇ ਪੂਰੀ ਜਾਣਕਾਰੀ ਦੇਵਾਂਗੇ। ਨਾਲ ਦੀ ਨਾਲ ਜਿਨ੍ਹਾਂ ਨੇ ਅਪਲਾਈ ਕਰਨਾ ਉਹਨਾਂ ਨੂੰ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ, ਇੱਕ ਇੱਕ ਪੁਆਇੰਟ ਦੀ ਕਲੈਰਿਟੀ ਅੱਜ ਦੀ ਵੀਡੀਓ ਜ਼ਰੀਏ ਤੁਹਾਨੂੰ ਮਿਲਣ ਜਾ ਰਹੀ ਹੈ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਕੈਨੇਡਾ ਦੇ ਟੂਰਿਸਟ ਵੀਜ਼ਾ ਔਰ ਸੁਪਰ ਵੀਜ਼ਾ ਨੂੰ ਲੈ ਕੇ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ, ਆਪਾਂ ਹਮੇਸ਼ਾ ਜੋ ਹੈ ਅੱਗੇ ਕੈਨੇਡਾ ਸਟੂਡੈਂਟ ਵੀਜ਼ਾ ਸਟੱਡੀ ਵੀਜ਼ਾ ਦੀ ਤਾਂ ਗੱਲ ਕਰਦੇ ਹੀ ਹਾਂ, ਪਰ ਹੁਣ ਜਦੋਂ ਬਹੁਤ ਚੰਗਾ ਸਕਸੈਸ ਰੇਟ ਦੇਖਿਆ ਹੀ ਜਾ ਰਿਹਾ, ਓਵਰਆਲ ਅਸੀਂ ਦੇਖ ਰਹੇ ਹਾਂ ਕੈਨੇਡਾ ਬਹੁਤ ਹੀ ਲੀਨੀਅੰਟ ਨਜ਼ਰ ਆ ਰਿਹਾ, ਸੋ ਟੂਰਿਸਟ ਵੀਜ਼ਾ ਨੂੰ ਲੈ ਕੇ ਸੁਪਰ ਵੀਜ਼ਾ ਨੂੰ ਲੈ ਕੇ ਕੈਨੇਡਾ ਦਾ ਬਿਹੇਵੀਅਰ ਕਿਸ ਤਰ੍ਹਾਂ ਦਾ ਨਜ਼ਰ ਆ ਰਿਹਾ ਔਰ ਜਿਹੜੇ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਇੱਥੇ ਜ਼ਰੂਰ ਰੱਖਣਾ ਚਾਹੀਦਾ ਹੈ? ਦੇਖੋ, ਜਿਹੜਾ ਕੈਨੇਡਾ ਦਾ ਟੂਰਿਸਟ ਵੀਜ਼ਾ ਹੈ ਜਾਂ ਸੁਪਰ ਵੀਜ਼ਾ ਹੈ ਜਾਂ ਸਟੱਡੀ ਵੀਜ਼ਾ ਹੈ, ਇਸ ਟਾਈਮ ਕੈਨੇਡਾ ਥੋੜ੍ਹਾ ਲੀਨੀਅੰਟ ਹੈ ਵੀ, ਮਤਲਬ ਇੱਕ ਕੈਟਾਗਰੀ ਨੂੰ ਦੇਖਦੇ ਹੋ, ਕਿਉਂਕਿ ਇਹਨਾਂ ਨੂੰ ਜਦ ਤੁਸੀਂ ਦੇਖੋ ਕਿ 2025 ਤੱਕ ਬਹੁਤ ਇੱਕ, ਮਤਲਬ ਮੇ ਬੀ ਮੈਂ ਡਾਟਾ ਗਲਤ ਬੋਲ ਸਕਦੀ ਹਾਂ, ਇਸ ਟਾਈਮ ਮੇਰੇ ਦਿਮਾਗ 'ਚ ਨਹੀਂ ਹੈ ਕਿ ਇੱਕ ਪਰਟੀਕੁਲਰ ਇਹਨਾਂ ਨੂੰ ਇੰਨੇ ਕੁ ਨੰਬਰ ਚਾਹੀਦੇ ਹੈ, ਜਿਹਦਾ ਕਿ ਕਾਫੀ ਬੜਾ ਡਾਟਾ ਜਿਹੜਾ ਉਹਨਾਂ ਨੂੰ ਮੈਨ ਪਾਵਰ ਰਿਕੁਆਇਰਮੈਂਟ ਹੈ। ਮੈਨ ਪਾਵਰ ਰਿਕੁਆਇਰਮੈਂਟ ਮਤਲਬ ਕਿਸ ਕਿਸਮ ਦੀ, ਕੁਛ ਸਕਿੱਲਸ ਵਾਲੇ, ਕੁਛ ਅਨਸਕਿੱਲਡ, ਕੁਛ ਟੂਰਿਸਟ ਜਾਂਦੇ ਆ ਅਤੇ ਨੈਚੁਰਲ ਹੈ ਉਹਨਾਂ ਦੀ ਕੰਟਰੀ ਨੂੰ ਇਕਨੋਮਿਕਲੀ ਬੈਨੀਫਿਟ ਹੁੰਦਾ, ਕਰੰਸੀ ਦਾ, ਜਿਹੜੀ ਵੀ ਜਗ੍ਹਾ ਘੁੰਮਣ ਜਾ ਰਹੇ ਆ ਜਾਂ ਕੁਛ, ਉਹ ਸਾਰੀ ਆਮਦਨ ਦੇ ਸੋਰਸ ਹੁੰਦੇ ਆ, ਠੀਕ ਹੈ। ਉਸ ਕਾਰਨ ਕੈਨੇਡਾ ਨੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਸੁਪਰ ਵੀਜ਼ਾ ਟੂਰਿਸਟ ਵੀਜ਼ਾ ਦੇ ਦਿੱਤੀ। ਸੁਪਰ ਵੀਜ਼ਾ ਤਾਂ ਇੱਕ ਲੋਟਰੀ ਸਿਸਟਮ ਹੁੰਦਾ ਕਿ ਉਹਨਾਂ ਨੇ ਦੇਣਾ ਹੀ ਦੇਣਾ। ਸੁਪਰ ਵੀਜ਼ਾ ਦੀ ਜੇ ਆਪਾਂ ਗੱਲ ਕਰੀਏ ਤਾਂ ਜੇ ਬੱਚੇ ਦੀ ਇੱਕ ਦੀ ਇਨਕਮ 27,000 ਸਮਥਿੰਗ ਹੈ ਤਾਂ ਉਹ ਆਪਣੇ ਪੇਰੈਂਟ ਜਾਂ ਗ੍ਰੈਂਡ ਪੇਰੈਂਟ ਨੂੰ ਸਪੋਂਸਰ ਕਰ ਸਕਦਾ ਹੈ। ਸੁਪਰ ਵੀਜ਼ਾ ਦੇ ਬੈਨੀਫਿਟ ਇਹ ਹੁੰਦੇ ਆ ਕਿ ਉਹ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਜਿਹੜੇ ਆ ਉਹ 2 ਸਾਲ ਇੱਕੋ ਨਾਲ ਰਹਿ ਸਕਦੇ ਆ, ਬਿਕੋਜ਼ ਕੋਈ ਵੀ ਟੂਰਿਸਟ ਵੀਜ਼ਾ ਦੇ ਵਿੱਚ ਦਿੰਦੇ ਆਲਮੋਸਟ 10 ਈਅਰਸ ਦਾ ਵੀਜ਼ਾ ਜਿਹੜਾ, ਕਿਉਂਕਿ ਇਹਨਾਂ ਦਾ ਵੀਜ਼ਾ ਦਾ ਤਰੀਕਾ ਇਹ ਹੈ ਕਿ US ਜਿੱਦਾਂ 10 ਈਅਰਸ ਦਾ ਇਕੱਠਾ ਦਿੰਦਾ, ਲੇਕਿਨ ਕੈਨੇਡਾ ਦਾ ਜਿੰਨਾ ਪਾਸਪੋਰਟ ਦੀ ਵੈਲੀਡਿਟੀ ਹੈ, ਮੰਨ ਲਓ ਤੁਹਾਡੇ ਪਾਸਪੋਰਟ ਨਇਆ ਬਣਿਆ, ਪਾਸਪੋਰਟ ਦੀ ਵੈਲੀਡਿਟੀ 10 ਈਅਰਸ ਹੈ ਤਾਂ 10 ਈਅਰ ਦਾ ਵੀਜ਼ਾ ਮਿਲੇਗਾ, ਜਾਂ ਪਾਸਪੋਰਟ ਦੀ ਵੈਲੀਡਿਟੀ 8 ਈਅਰਸ ਹੈ ਤਾਂ 8 ਈਅਰਸ ਦਾ ਵੀਜ਼ਾ ਮਿਲੇਗਾ। ਇਹ ਇੱਕ ਇਗਜ਼ੈਂਪਲ ਹੈ, ਜਿੰਨੀ ਤੁਹਾਡੇ ਪਾਸਪੋਰਟ ਦੀ ਵੈਲੀਡਿਟੀ ਹੈ ਉਨਾ ਵੀਜ਼ਾ ਮਿਲਦਾ। ਹੁਣ ਜਿਹੜਾ ਸੁਪਰ ਵੀਜ਼ਾ, ਇਹਦੇ ਵਿੱਚ ਬਾਕੀ ਵੀਜ਼ਾ ਦੇ ਵਿੱਚ ਤੁਹਾਨੂੰ 6 ਮਹੀਨੇ ਦੇ ਬਾਅਦ ਕੰਟਰੀ ਆਊਟ ਕਰਨਾ ਪੈਂਦਾ, ਲੇਕਿਨ ਸੁਪਰ ਵੀਜ਼ਾ ਦੇ ਵਿੱਚ ਤੁਸੀਂ 1 ਨਾਲ 2 ਸਾਲ ਤੁਸੀਂ ਇਕੱਠੇ ਰਹਿ ਸਕਦੇ ਹੋ। ਇਹ ਬੈਨੀਫਿਟ ਹੁੰਦਾ, ਇਹਦੇ ਵਿੱਚ ਤੁਹਾਡਾ ਬੱਚਾ ਜਿਹੜਾ ਜਾਂ ਗ੍ਰੈਂਡ ਚਿਲਡਰਨ ਉਹ ਉੱਥੇ ਦਾ PR ਹੋਣਾ ਚਾਹੀਦਾ, ਉਹਦੀ ਇਨਕਮ ਥਰੈਸ਼ਹੋਲਡ 27,000 ਸਮਥਿੰਗ ਹੋਣੀ ਚਾਹੀਦੀ ਹੈ, ਔਰ ਜਾਂ ਹਸਬੈਂਡ ਵਾਈਫ ਉਹ ਦੋਨੋਂ ਕਮਾ ਰਹੇ ਆ ਤਾਂ 35,000 ਸਮਥਿੰਗ ਹੋਣੀ ਚਾਹੀਦੀ। ਇਹਦੇ ਇੱਕ ਪ੍ਰੋਪਰ ਟੇਬਲ ਹੈ, ਜੋ ਇੱਕ ਬੰਦੇ ਨੂੰ ਸਪੋਂਸਰ ਕਰ ਰਿਹਾ ਅਤੇ ਇੰਨੀ ਇਨਕਮ 2 ਨੂੰ ਸਪੋਂਸਰ ਕਰ ਰਿਹਾ ਜਾਂ 3 ਨੂੰ ਸਪੋਂਸਰ ਕਰ ਰਿਹਾ, ਇਹਦਾ ਇੱਕ ਅਲੱਗ ਅਲੱਗ ਚਾਰਟ ਹੁੰਦਾ ਕਿ ਉਹ ਸੁਪਰ ਵੀਜ਼ਾ ਵਾਸਤੇ ਤੁਹਾਡਾ ਬੱਚਾ ਇਲੀਜੀਬਲ ਹੈ ਕਿ ਨਹੀਂ ਹੈ। ਵੈਸੇ ਮੈਕਸੀਮਮ ਜਿਹੜੇ ਬੱਚੇ PR ਹੋ ਜਾਂਦੇ, ਇਹ ਮਿਨੀਮਮ ਇਨਕਮ ਸਾਰੇ ਬੱਚਿਆਂ ਦੀ ਹੁੰਦੀ ਹੈ, ਔਰ ਉਹ ਮੈਕਸੀਮਮ ਆਪਣੇ ਪੇਰੈਂਟਸ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ ਵੀ ਸੁਪਰ ਵੀਜ਼ਾ ਵਿੱਚ ਬੁਲਾ ਸਕਦੇ ਆ, ਜਾਂ ਮੰਨ ਲਓ ਉਹਨਾਂ ਦੀ ਇਨਕਮ ਬਾਈ ਚਾਂਸ ਹਜੇ ਬੱਚਾ PR ਹੋਇਆ, ਹਜੇ ਉਸ ਥਰੈਸ਼ਹੋਲਡ ਤੱਕ ਨਹੀਂ ਪਹੁੰਚਿਆ,
ਤਾਂ ਉਹ ਤੁਹਾਨੂੰ ਸਪੋਂਸਰਸ਼ਿਪ ਕਰਕੇ ਟੂਰਿਸਟ ਵੀਜ਼ਾ 'ਤੇ ਬੁਲਾ ਸਕਦਾ ਹੈ, ਤੁਹਾਡੇ ਰੈਲੇਟਿਵਸ ਬੁਲਾ ਸਕਦੇ ਆ ਟੂਰਿਸਟ ਵੀਜ਼ਾ 'ਤੇ, ਤੁਹਾਡੀ ਫਾਈਲ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ, ਇਨਕਮ ਸਟਰੋਂਗ ਹੋਣੀ ਚਾਹੀਦੀ ਹੈ ਤੁਹਾਡੀ ਥੋੜ੍ਹੀ, ਔਰ ਮਤਲਬ ਤੁਹਾਡਾ ਜਿਹੜਾ ਜੈਨੂਇਨ ਪਰਪਸ ਹੋਣਾ ਚਾਹੀਦਾ ਪਿੱਛੇ। ਕੋਈ ਵੀ ਟੂਰਿਸਟ ਵੀਜ਼ਾ ਦੀ ਇੱਕ ਰਿਕੁਆਇਰਮੈਂਟ ਇਹ ਹੈ ਕਿ ਤੁਹਾਡਾ ਜਿਹੜਾ ਪਿੱਛੇ ਕਮਿਟਮੈਂਟ ਹੋਣੀ ਚਾਹੀਦੀ ਕੰਟਰੀ ਦੇ ਵਿੱਚ ਆਉਣ ਦੀ, ਮੀਨਸ ਤੁਹਾਡਾ ਘਰ ਬਾਹਰ ਹੈ, ਤੁਹਾਡਾ ਕੋਈ ਇਨਕਮ ਅੱਛੀ ਹੈ, ਤੁਹਾਡਾ ਬਿਜ਼ਨਸ ਅੱਛਾ ਹੈ, ਤੁਹਾਡੀ ਜੋਬ ਤੋਂ ਤੁਸੀਂ ਛੁੱਟੀਆਂ ਲਈਆਂ, ਕੁਛ ਇੱਦਾਂ ਦਾ ਹੋਣਾ ਚਾਹੀਦਾ, ਫਿਰ ਜਾ ਕੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ। ਜਾਂ ਜਿਹਨਾਂ ਦਾ ਬਹੁਤ ਅੱਛਾ ਇਹ ਨਹੀਂ ਹੈ ਬਟ ਟਰੈਵਲਿੰਗ ਹਿਸਟਰੀ ਹੈ ਅਤੇ ਉਹ ਸ਼ੋਅ ਕਰ ਸਕਦੇ ਕਿ ਮੈਨੂੰ ਘੁੰਮਣ ਦਾ ਸ਼ੌਕ ਹੈ, ਮਤਲਬ ਜਿਹੜਾ ਟਰੈਵਲਿੰਗ ਹਿਸਟਰੀ ਹੈ। ਕਈ ਵਾਰੀ ਅਸੀਂ ਦੇਖਿਆ, ਮੈਂ ਹੁਣ ਜਰਮਨ ਗਈ ਸੀਗੀ ਅਤੇ ਇੱਕ ਲੜਕੀ ਸਾਨੂੰ ਮਿਲੀ, ਪੂਨੇ ਦੀ ਸੀ ਛੋਟੀ ਲੜਕੀ, ਜਿੱਦਾਂ ਜੋਬ ਕਰ ਰਹੀ ਹੈ ਉਹ ਯੂਰਪ ਘੁੰਮਣ ਜਾ ਰਹੀ ਹੈ, ਕਹਿੰਦੀ ਮੈਂ ਤਾਂ ਕਦੀ ਕਿੱਧਰੇ ਚਲੀ ਜਾਂਦੀ ਹਾਂ, ਬੈਕ ਪੈਕਰਸ ਹੁੰਦੇ ਆ ਅਤੇ ਉਹ ਕਿੰਨੀ ਕੁ ਸੇਵਿੰਗ ਕਰਨਗੇ, ਲੇਕਿਨ ਉਹਨਾਂ ਦੀ ਇੱਕ ਟਰੈਵਲਿੰਗ ਹਿਸਟਰੀ ਹੈ ਕਿ ਉਹਨਾਂ ਨੂੰ ਸ਼ੌਕ ਹੈ ਵਰਲਡਵਾਈਡ ਘੁੰਮਣ ਦਾ। ਅਤੇ ਇੱਦਾਂ ਦੇ ਆਪਣੇ ਪ੍ਰੋਫਾਈਲ ਆ, ਜਾਂ ਤਾਂ ਆਪਾਂ ਵਰਲਡਵਾਈਡ ਘੁੰਮ ਰਹੇ ਹਾਂ, ਆਪਣੇ ਪਾਸਪੋਰਟ ਦੇ ਵਿੱਚ ਕਾਫੀ ਵੀਜ਼ੇ ਲੱਗੇ ਹੋਏ ਆ, ਫਿਰ ਵੀਜ਼ੇ 'ਚ ਪ੍ਰੋਬਲਮ ਨਹੀਂ ਆਉਂਦੀ, ਜਾਂ ਫਿਰ ਆਪਣੀ ਇਨਕਮ ਬਹੁਤ ਅੱਛੀ ਹੈ ਔਰ ਆਪਾਂ ਪਿੱਛੇ ਆਉਣ ਦੀ ਕਮਿਟਮੈਂਟ ਹੈ, ਜਾਂ ਗਵਰਨਮੈਂਟ ਜੋਬ ਇੰਨੀ ਅੱਛੀ ਜੋਬ ਹੈ ਕਿ ਜਿਹਦੇ ਵਿੱਚ ਪਿੱਛੇ ਆਉਣ ਦੀ ਕਮਿਟਮੈਂਟ ਹੈ। ਅਦਰਵਾਈਜ਼ ਅਸੀਂ ਜਿਹੜੇ ਬਹੁਤ ਸੀਨੀਅਰ ਜੋਬ ਦੇ ਵੀਜ਼ੇ ਵੀ ਰਿਜੈਕਟ ਹੁੰਦੇ ਦੇਖੇ ਆ, ਉਹਦੇ ਵਿੱਚ ਜਿਨ੍ਹਾਂ ਨੇ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕੀਤਾ, ਇਹਦੇ ਵਿੱਚ ਤੁਹਾਨੂੰ ਚਾਹੀਦਾ ਇੱਕ ਮਾਹਿਰ ਕੰਸਲਟੈਂਟ, ਕਿਉਂਕਿ ਜਿਹੜੀ ਟੂਰਿਸਟ ਵੀਜ਼ੇ ਦੀ ਫਾਈਲ ਬਣਾਉਣਾ ਇਜ਼ ਨੋਟ ਈਜ਼ੀ, ਜਿਹਦੇ ਵਿੱਚ ਤੁਹਾਡਾ ਇੰਟੈਂਸ਼ਨ ਵੀ ਕਲੀਅਰ ਕਰਨਾ ਕਿ ਤੁਸੀਂ ਵਾਪਸ ਆਉਣਾ, ਔਰ ਤੁਹਾਡੇ ਜਿਹੜਾ ਪ੍ਰੋਪਰ ਇੱਕ ਪ੍ਰੈਜੈਂਟੇਸ਼ਨ, ਉੱਥੇ ਕੋਈ ਇੰਟਰਵਿਊ ਨਹੀਂ ਹੁੰਦੀ ਹੈ ਟੂਰਿਸਟ ਵੀਜ਼ੇ ਦੀ, ਅਤੇ ਤੁਹਾਡੀ ਇੱਕ ਜਿਹੜੀ ਫਾਈਲ ਹੈ ਉਹ ਆਪਣੇ ਆਪ 'ਚ ਵੀਜ਼ਾ ਆਫਿਸਰ ਦੇ ਸਾਹਮਣੇ ਬੋਲਦੀ ਹੋਏ ਕਿ ਜਿਹੜਾ ਤੁਹਾਡਾ ਵਾਪਸ ਆਉਣ ਦਾ ਇਹ ਰੀਜ਼ਨ ਹੈ, ਉੱਥੇ ਜਾਣ ਦਾ ਇਹ ਰੀਜ਼ਨ ਹੈ, ਔਰ ਉੱਥੇ ਕਿਸ ਵਜ੍ਹਾ ਨਾਲ ਤੁਸੀਂ ਮਤਲਬ ਜਿਹੜਾ ਤੁਸੀਂ ਕੀ ਕਰਨਾ ਚਾਹ ਰਹੇ ਹੋ ਉੱਥੇ ਜਾ ਕੇ, ਅਤੇ ਇਹ ਸਾਰੀ ਚੀਜ਼ਾਂ ਅਗਰ ਤੁਹਾਡੀ ਹੁੰਦੀਆਂ ਤਾਂ ਟੂਰਿਸਟ ਵੀਜ਼ਾ ਇਜ਼ ਵੈਰੀ ਈਜ਼ੀ। ਔਰ ਸੁਪਰ ਵੀਜ਼ਾ ਦਾ ਤਾਂ ਮੈਂ ਦੱਸ ਹੀ ਦਿੱਤਾ, ਕੋਈ ਵੀ ਬੱਚਾ ਜਿਹੜਾ ਉੱਥੇ PR ਹੈ, ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ, ਅਦਰ ਦੈਨ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਉਹ ਸਪੋਂਸਰ ਨਹੀਂ ਕਰ ਸਕਦੇ ਸੁਪਰ ਵੀਜ਼ਾ ਦੇ ਵਿੱਚ। ਓਕੇ, ਠੀਕ ਹੈ, ਬਿਲਕੁਲ। ਸੋ ਮੈਨੂੰ ਉਮੀਦ ਹੈ ਕਿ ਬਹੁਤ ਕੁਛ ਕਲੀਅਰ ਹੋ ਚੁੱਕਿਆ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਜ਼ਰੀਏ। ਫਿਰ ਵੀ ਤੁਹਾਡਾ ਕੋਈ ਡਾਊਟ, ਕੋਈ ਸਵਾਲ ਹੋਵੇ ਤਾਂ ਜ਼ਰੂਰ ਜਿਹੜਾ ਇਹ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਹੈ, ਇਸ ਉੱਪਰ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਸੋ ਮੈਮ, ਕਈ ਵਾਰੀ ਸਾਡੇ ਕੋਲ ਇਹ ਵੀ ਸਵਾਲ ਆਉਂਦੇ ਨੇ ਕਿ ਰਾਈਟ ਟਾਈਮ ਕੀ ਹੋਣਾ ਚਾਹੀਦਾ ਅਗਰ ਅਸੀਂ ਟੂਰਿਸਟ ਵੀਜ਼ਾ ਲਈ ਅਪਲਾਈ ਕਰੀਏ ਜਾਂ ਸੁਪਰ ਵੀਜ਼ਾ ਲਈ, ਔਰ ਕਿੰਨੇ ਕੁ ਟਾਈਮ ਦੇ ਵਿੱਚ ਜੋ ਹੈ ਵੀਜ਼ਾ ਲੱਗ ਕੇ ਆ ਜਾਏਗਾ? ਦੇਖੋ, ਇਸ ਟਾਈਮ 'ਤੇ ਵੈਸੇ ਵੀ ਨਿਊ ਈਅਰ ਆ ਰਿਹਾ, ਕ੍ਰਿਸਮਿਸ ਬਹੁਤ ਅੱਛੀ ਹੁੰਦੀ ਹੈ ਇਸ ਟਾਈਮ ਆਲ ਓਵਰ ਵਰਲਡ, ਜਿਹੜੇ ਵੈਸਟਰਨ ਕੰਟਰੀਜ਼ ਹੈ ਅਤੇ ਤੁਸੀਂ ਇਮੀਡੀਏਟ ਅਪਲਾਈ ਕਰ ਸਕਦੇ ਹੋ, ਐਂਡ ਵੀਜ਼ਾ ਜਿਹੜਾ 15 days to 20 days, ਮੈਕਸੀਮਮ 1 month ਇਹ ਲੱਗਦਾ, ਅਤੇ ਇਹ ਬਹੁਤ ਹੀ ਅੱਛਾ ਟਾਈਮ ਹੈ। ਜਦ ਤੁਸੀਂ ਹੁਣ ਅਪਲਾਈ ਕਰ ਕਰਦੇ ਹੋ ਤਾਂ ਨੈਚੁਰਲ ਹੈ ਤੁਹਾਨੂੰ ਕ੍ਰਿਸਮਿਸ ਤੋਂ ਪਹਿਲਾਂ ਵੀਜ਼ਾ ਮਿਲਣ ਦੀ ਪੂਰੀ ਸੰਭਾਵਨਾ ਹੈ ਜੀ। ਚਲੋ, ਠੀਕ ਹੈ। ਸੋ ਜਿਹੜੇ ਹਾਲੇ ਸੋਚ ਰਹੇ ਨੇ, ਸੋ ਬਹੁਤ ਰਾਈਟ ਟਾਈਮ ਹੈ ਤੁਹਾਡੇ ਲਈ, ਤੁਸੀਂ ਫਟਾਫਟ ਅਪਲਾਈ ਕਰੋ ਅਤੇ ਜਲਦੀ ਨਾਲ ਤੁਹਾਡਾ ਵੀਜ਼ਾ ਵੀ ਆ ਜਾਏਗਾ। ਸੋ ਕੋਈ ਕਲੈਰਿਟੀ ਹੋਰ ਚਾਹੀਦੀ ਹੈ ਅਪਲਾਈ ਕਰਨ ਨੂੰ ਲੈ ਕੇ, ਚੀਜ਼ਾਂ ਨੂੰ ਹੋਰ ਸਮਝਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਨੰਬਰ 'ਤੇ ਕਾਲ ਕਰੋ ਜਾਂ ਫਿਰ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰੋ ਤਾਂ ਕਿ ਟਾਈਮਲੀ ਸਹੀ ਗਾਈਡੈਂਸ ਦੇ ਨਾਲ ਅੱਗੇ ਵਧਦੇ ਹੋਏ ਤੁਸੀਂ ਵੀ ਆਪਣਾ ਵੀਜ਼ਾ ਹਾਸਲ ਕਰ ਸਕੋ। ਬਹੁਤ ਬਹੁਤ ਥੈਂਕਸ ਮੈਮ, ਅੱਜ ਤੁਸੀਂ ਟੂਰਿਸਟ ਵੀਜ਼ਾ ਔਰ ਸਪਾਊਸ ਵੀਜ਼ਾ ਨੂੰ ਲੈ ਕੇ ਪੂਰੀ ਕਲੈਰਿਟੀ ਦਿੱਤੀ ਹੈ ਇਸ ਵੀਡੀਓ ਦੇ ਜ਼ਰੀਏ। ਸੋ ਕੋਈ ਸਵਾਲ ਔਰ ਡਾਊਟ ਹੋਣ ਤਾਂ ਤੁਸੀਂ ਜਿਹੜੇ ਵੀ ਸਾਡੇ ਦਰਸ਼ਕ ਨੇ ਉਹ ਕਮੈਂਟ ਸੈਕਸ਼ਨ ਵਿੱਚ ਵੀ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਨੇ। ਅੱਗੋਂ ਵੀ ਅਸੀਂ ਇਸੇ ਤਰ੍ਹਾਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਇਹ ਸਾਨੂੰ ਦਿਓ ਜੀ ਇਜਾਜ਼ਤ। ਥੈਂਕ ਯੂ ਸੋ ਮਚ। ਥੈਂਕ ਯੂ।